ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਬਣਾ ਰਹੇ ਹਾਂ, ਤੁਹਾਨੂੰ ਮੈਂ ਦੋ ਤਿੰਨ ਆਈਡੀਆ ਆਪਣੇ ਦੱਸ ਰਹੀ ਹਾਂ, ਸ਼ੇਅਰ ਕਰ ਰਹੀ ਹਾਂ, ਜਿਹੜੇ ਤੁਹਾਡੇ ਬਹੁਤ ਕੰਮ ਦੇ ਹੋਣਗੇ। ਦੇਖੋ, ਇਹ ਐਲਮੰਡ ਹੈ ਜਿਹੜੇ ਮੈਂ ਗ੍ਰਾਈਂਡ ਕਰਕੇ ਰੱਖੇ। ਦੇਖੋ, ਦੋ ਏਅਰ ਟਾਈਟ ਬਨ ਚੀਜ਼ਾਂ 'ਚ ਗ੍ਰਾਈਂਡ ਕਰਕੇ, ਇੱਕ 'ਚ ਬਰੀਕ ਕੱਢ ਲਏ, ਇੱਕ 'ਚ ਥੋੜ੍ਹੇ ਦਰੜ ਮੋਟੇ ਆ। ਇਹਨਾਂ ਨੂੰ ਕਦੀ ਕੇਕ ਕੂਕ ਬਣਾਉਣਾ ਹੋਵੇ ਨਾ, ਉਹਦੇ ਵਿੱਚ ਆਰਾਮ ਨਾਲ ਕੱਢੋ, ਪਾਊਡਰ ਪਾ ਦਿਓ, ਬੱਚਿਆਂ ਨੂੰ ਪਤਾ ਨਹੀਂ ਲੱਗਦਾ, ਮੂੰਹ 'ਚ ਨਹੀਂ ਆਉਂਦੇ। ਇਹ ਉੱਪਰ ਡੈਕੋਰੇਸ਼ਨ ਲਈ ਪਾ ਦਿਓ, ਨੰਬਰ ਇੱਕ। ਨੰਬਰ ਦੋ, ਇਹ ਦੇਖੋ, ਗਿੱਲਾ ਸੁੱਕਾ ਮੌਸਮ ਹੁੰਦਾ ਜਦੋਂ ਅਸੀਂ, ਸਾਨੂੰ ਸੁੱਕੀ ਖੰਘ ਲੱਗਦੀ ਆ। ਇੱਥੇ ਜਿੱਥੇ ਅਸੀਂ ਰਹਿੰਦੇ ਹਾਂ, ਇੱਥੇ ਤਾਂ ਕਦੀ ਠੰਡ ਕਦੀ ਗਰਮੀ, ਕੋਈ ਪਤਾ ਨਹੀਂ ਲੱਗਦਾ ਮੌਸਮ ਦਾ ਵੀ ਕਿਸ ਤਰ੍ਹਾਂ ਦਾ ਮੌਸਮ ਆ। ਉਹਦੇ ਲਈ ਮੈਂ ਤੁਹਾਨੂੰ ਇੱਕ ਰੈਮਡੀ ਦੱਸਣ ਲੱਗੀ ਹਾਂ। ਇਹ ਮੈਂ ਦੇਸੀ ਘਿਓ ਘਰ ਦਾ ਪਾਇਆ, ਇੱਕ ਚਮਚਾ ਇਹ ਇੱਕ ਬੰਦੇ ਲਈ ਬਣਾਉਣ ਲੱਗੀ ਹਾਂ। ਉਹਦੇ ਵਿੱਚ ਅਸੀਂ ਇੱਕ ਚਮਚਾ ਬੇਸਣ ਦਾ, ਅੱਧਾ ਚਮਚਾ ਖਸਖਸ ਦਾ, ਇੱਕ ਚਮਚਾ ਬਦਾਮ ਪਾਊਡਰ ਦਾ, ਆ ਦੋ ਚਮਚ ਮੈਂ ਗੁੜ ਕੁੱਟਿਆ ਹੋਇਆ, ਤੁਸੀਂ ਦੋ ਚਮਚ ਖੰਡ ਦੇ ਵੀ ਪਾ ਸਕਦੇ ਹੋ। ਮੈਂ ਗੁੜ ਦੀ ਬਣਾਉਂਦੀ ਹਾਂ, ਮੈਨੂੰ ਗੁੜ ਚੰਗਾ ਲੱਗਦਾ, ਇਸ ਕਰਕੇ ਗੁੜ। ਅੱਜ ਕੱਲ੍ਹ ਦੇ ਜ਼ਮਾਨੇ 'ਚ ਲੋਕ ਹੁਣ ਗੁੜ ਹੀ ਲੋਕ ਜ਼ਿਆਦਾ ਯੂਜ਼ ਕਰਦੇ ਆ। ਘਿਓ ਗਰਮ ਹੋ ਗਿਆ, ਉਹਦੇ ਵਿੱਚ ਮੈਂ ਬੇਸਣ ਪਾਤਾ, ਇਹਨੂੰ ਬਰਾਊਨ ਕਰਾਂਗੇ। ਇਹ ਬੇਸਣ ਦੀ ਖੀਰ ਵਾਂਗੂ ਬਣੂਗਾ, ਪਤਲਾ ਪਤਲਾ, ਜੇ ਕਿਸ ਜਿਸ ਤਰ੍ਹਾਂ ਸੁੱਕੀ ਕਿਸੇ ਨੂੰ ਖੰਘ ਹੁੰਦੀ ਆ, ਉਹਦੇ ਵਾਸਤੇ ਪੀ ਕੇ ਰਾਤ ਨੂੰ ਸੌਂ ਜਾਵੇ। ਰੋਟੀ ਜਿਸ ਤਰ੍ਹਾਂ 6-7 ਵਜੇ ਰੋਟੀ ਖਾ ਲਈ, ਰਾਤ ਨੂੰ ਸੌਣ ਲੱਗੇ ਪੀ ਲਵੇ, ਪੀ ਕੇ ਸੌਂ ਜਾਵੇ, ਅਤੇ ਸਿਰ ਸੁਰ ਲਪੇਟ ਲਵੇ, ਸਵੇਰ ਨੂੰ ਕਾਫੀ ਫਰਕ ਹੋਊਗਾ ਇਸ ਰੈਮਡੀ ਨਾਲ। ਠੀਕ ਹੈ, ਲਓ ਹੁਣ ਤੁਸੀਂ ਦੇਖ ਸਕਦੇ ਹੋ ਬੇਸਣ ਥੋੜ੍ਹਾ ਭੁੱਜ ਗਿਆ ਪੂਰਾ। ਹੁਣ ਇਹਦੇ ਵਿੱਚ ਅਸੀਂ ਆ ਹਾਫ ਸਪੂਨ ਖਸਖਸ ਦਾ ਪਾ ਕੇ ਭੁੰਨਾਂਗੇ। ਇਸ ਤੋਂ ਬਾਅਦ ਅਸੀਂ ਨਾਲ ਹੀ ਖਸਖਸ ਜਲਦੀ ਹੋ ਜਾਂਦੀ ਆ, ਨਾਲ ਹੀ ਬਦਾਮਾਂ ਦਾ ਪਾਊਡਰ ਪਾਤਾ, ਗੈਸ ਮੀਡੀਅਮ ਨਾ। ਹੁਣ ਦੇਖੋ, ਇਹ ਮੇਰੀ ਰੈਮਡੀ ਯੂਜ਼ ਕੀਤੀ ਹੋਈ ਹੈ, ਮੈਂ ਤੁਹਾਡੇ ਵਾਸਤੇ ਬਣਾ ਰਹੀ, ਤੁਹਾਨੂੰ ਸ਼ੇਅਰ ਕਰ ਰਹੀ ਹਾਂ। ਤੁਸੀਂ ਇਸ ਤਰ੍ਹਾਂ ਜੇ ਕਿਸੇ ਨੂੰ ਖਾਂਸੀ ਖੁੰਸੀ ਹੈ ਤਾਂ ਲਾ ਕੇ ਦੇਖੋ। ਇਹ ਇੱਕ ਕੱਪ ਦੁੱਧ ਆ, ਇੱਕ ਕੱਪ ਦੁੱਧ ਦਾ ਪਾਤਾ, ਇਹਨੂੰ ਪਤਲਾ ਰੱਖਣਾ, ਪਤਲਾ ਪਤਲਾ ਪੀਣ 'ਚ ਜ਼ਿਆਦਾ ਸਵਾਦ ਆਉਂਦਾ, ਰਾਤ ਨੂੰ ਸੋ ਵੀ ਠੀਕ ਹੁੰਦਾ, ਸਵਾਦ ਵੀ ਲੱਗਦਾ, ਲੰਘ ਵੀ ਜਾਂਦਾ ਅਤੇ ਠੀਕ ਵੀ ਹੁੰਦਾ। ਲਓ ਗੁੜ ਅਸੀਂ ਫੇਰਤਾ, ਸ਼ੱਕਰ ਵੀ ਪਾ ਸਕਦੇ ਹਾਂ ਤੁਸੀਂ, ਖੰਡ ਵੀ ਪਾ ਸਕਦੇ ਹਾਂ, ਆਪਣਾ ਟੇਸਟ ਦੇ ਹਿਸਾਬ ਨਾਲ। ਬਾਕੀ ਦੋ ਚਮਚੇ ਪਾਉਣੇ ਆ, ਜੇ ਮਿੱਠਾ ਘੱਟ ਪੀਂਦੇ ਹੋ ਤਾਂ ਇੱਕ ਚਮਚਾ ਵੀ ਪਾ ਸਕਦੇ ਹੋ, ਪਰ ਦੋ ਚਮਚੇ ਠੀਕ ਰਹਿੰਦਾ ਇਹਦੇ ਵਿੱਚ। ਆ ਦੇਖੋ, ਇਸ ਤਰ੍ਹਾਂ ਦਾ ਇਹ ਹੋਣਾ ਚਾਹੀਦਾ, ਅਤੇ ਇਹਨੂੰ ਗਰਮ ਗਰਮ ਰਾਤ ਨੂੰ ਪੀ ਕੇ ਸੌਂ ਜਾਓ। ਛਾਤੀ 'ਤੇ ਜੰਮਿਆ ਰੇਸ਼ਾ ਸਵੇਰ ਤੱਕ ਨਿਕਲਣ ਲੱਗ ਜਾਓ, ਪਰ ਇਹ ਪੀਣਾ 6-7 ਦਿਨ ਲਗਾਤਾਰ ਪੀਣਾ ਪੈਂਦਾ ਇਸ ਤਰ੍ਹਾਂ। ਆ ਦੇਖੋ, ਇਸ ਤਰ੍ਹਾਂ ਗਰਮ ਗਰਮ ਖਾਣਾ ਅਤੇ ਬਹੁਤ ਫਾਇਦਾ ਕਰੂਗਾ। ਜੇ ਬਣਾ ਕੇ ਦੱਸਿਓ ਫਿਰ ਮੈਨੂੰ ਇਹ ਕਿਸ ਤਰ੍ਹਾਂ ਦਾ ਲੱਗਾ। ਸਤਿ ਸ਼੍ਰੀ ਅਕਾਲ।